ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਤੁਹਾਡੀ ਆਪਣੀ ਬਲਜੀਤ ਕੌਰ ਜੋਹਲ ਤੇ ਤੁਹਾਡਾ ਫੇਵਰਿਟ ਸ਼ੋ ਪੀਟੀਸੀ ਸੁਪਰਸਟਾਰ ਲੈ ਕੇ ਹਾਜ਼ਰ ਹਾਂ ਔਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਜਿਹੜੇ ਨੇ ਉਹ ਵੀ ਕੰਮ ਕਰ ਰਹੇ ਨੇ ਜੀ ਹਾਂ ਮੇਰਾ ਮਤਲਬ ਹੈ ਕਿ ਮੈਂ ਤੁਹਾਨੂੰ ਅੱਜ ਮਿਲਵਾਨ ਜਾ ਰਹੀਆਂ ਨਵੀਂ ਪੰਜਾਬੀ ਫਿਲਮ ਹੀਰ ਤੇ ਹੀਰੋ ਦੀ ਸਟਾਰ ਕਾਸਟ ਦੇ ਨਾਲ ਜੀ ਆਰਐਜੀ ਮਨੀਸ਼ਾ ਜੀ ਐਂਡ ਪ੍ਰੀਪੂਲਰ ਪੀਟੀਸੀ ਸੁਪਰਸਟਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੋਹਰ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਜੀ ਆਰਾਜ ਜੀ ਹੁਣ ਮੈਂ ਤੁਹਾਨੂੰ ਪਹਿਲਾ ਸਵਾਲ ਪੁੱਛਦੀ ਆ ਉਹ ਇਹ ਹੈ ਕਿ ਤੁਸੀਂ ਲਗਾਤਾਰ ਪੰਜਾਬੀ ਮੂਵੀਜ਼ ਜਿਹੜੀਆਂ ਨੇ ਉਹ ਕਰ ਰਹੇ ਹੋ ਔਰ ਪੰਜਾਬੀ ਸਿਨੇਮਾ ਦੇ ਨਾਲ ਜਿਹੜਾ ਉਹ ਪੂਰਾ ਦਿਲ ਤੋਂ ਜੁੜ ਚੁੱਕੇ ਹੋ ਔਰ ਜਿਹੜੇ ਪੰਜਾਬੀ ਨੇ ਉਹ ਆਪਣੇ ਦਿਲ ਤੋਂ ਤੁਹਾਨੂੰ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਨੇ ਔਰ ਇੰਨਾ ਕੁ ਜ਼ਿਆਦਾ ਪਿਆਰ ਕਰਦੇ ਨੇ ਤੇ ਅੱਜ ਇਸ ਟਾਈਮ ਇਸ ਪੋਜੀਸ਼ਨ ਤੇ ਆ ਕੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਲੱਗਦਾ ਹੈ ਇੱਕ ਚੀਜ਼ ਮੈਂ ਹਮੇਸ਼ਾ ਕਹਿੰਦਾ ਤੇ ਮੈਂ ਇਸ ਚੀਜ਼ ਨੂੰ ਬਹੁਤ ਦਿਲੋਂ ਮੰਨਦਾ ਵੀ ਹਾਂ ਮੈਂ ਜੋ ਵੀ ਹਾਂ ਮੇਰੀ ਆਡੀਅנס ਕਰਕੇ ਹੈ ਮੇਰੇ ਫੈਨਸ ਕਰਕੇ ਜੇ ਤਰੀਕੇ ਨਾਲ ਉਹ ਮੈਨੂੰ ਸਪੋਰਟ ਕਰਦੇ ਹਨ ਮੇਰੇ ਲਈ ਮੇਰੀ ਫਿਲਮਾਂ ਦੇਖਦੇ ਹਨ ਜੈਨੂਇਨਲੀ ਮੇਰੇ ਲਈ ਦੁਆਇਆਂ ਕਰਦੇ ਹਨ ਮੈਂ ਦਿਲੋਂ ਨਾਤਾ ਮਤਲਬ ਸ਼ੁਕਰਾਨਾ ਕਰਨਾ ਚਾਹੁੰਦਾ ਹਾਂ ਔਰ ਰਬ ਦਾ ਕਰਨਾ ਚਾਹੁੰਦਾ ਜਿਹਨੂੰ ਮੈਨੂੰ ਇਹ ਮੌਕਾ ਦਿੱਤਾ ਹੈ ਕੀ ਬਾਤ ਹੈ ਅੱਛਾ ਮਨੀਸ਼ਾ ਜੀ ਤੁਹਾਡੇ ਲਈ ਇਹ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਬਾਲੀਵੁੱਡ ਦੇ ਵਿੱਚ ਬਹੁਤ ਡਿਫਰੈਂਟ ਰੋਲ ਕੀਤੇ ਨੇ ਔਰ ਪੰਜਾਬੀ ਫਿਲਮ ਜਨਕਿ ਪੰਜਾਬੀ ਸਿਨੇਮਾ ਚ मतलब सोचा केड़ी चीज़ खिंच के, के आई मुझे आ, एक बहुत ही नेचुरल पंजाबी फैमिली से हूँ तो पंजाबी हमारे घर में बोली जाती थी जब तक, जब तक से हम बहुत छोटे थे जब हम दिल्ली आते हैं फ्रीट आर रेलेटिव सब पंजाबी में ही बात करते हैं सडनली टू डू पंजाबी फिल्म जो मुझे मौका मिला फिल्में बहुत अच्छी बन रही हैं अब सिटी ऑडियंसेस के लिए फिल्में बन रही हैं ਤੋ ਬਹੁਤ ਅੱਛਾ ਵਕਤ ਥਾ ਪੰਜਾਬੀ ਫਿਲਮ ਕਰਨੇ ਲਈ ਅੱਛਾ ਪ੍ਰੀਤ ਪੁੱਲਰ ਜੀ ਤੁਹਾਡੀ ਇਹ ਪਹਿਲੀ ਫਿਲਮ ਹੈ ਔਰ ਤੁਹਾਨੂੰ ਬਾਲੀਵੁੱਡ ਦੇ ਸਟਾਰ ਜਾਨੀ ਕਿ ਉਹਨਾਂ ਤੋਂ ਉਹਨਾਂ ਦੇ ਨਾਲ ਵੱਡੇ ਵੱਡੇ ਸਟਾਰਸ ਦੇ ਨਾਲ ਕੰਮ ਕਰਨ ਨੂੰ ਮਿਲਿਆ ਤੇ ਫਸਟ ਟਾਈਮ ਇਹ ਫੀਲ ਜਿਹੜੀ ਜਦੋਂ ਆਈ ਕਿ ਇਸ ਤਰ੍ਹਾਂ ਦੀ ਮਤਲਬ ਇੱਕਦਮ ਕੀ ਫੀਲ ਹੋਇਆ ਉਦੋਂ ਫੀਲ ਪਹਿਲਾਂ ਤਾਂ ਜੀ ਆ ਰਿਹਾ ਮਨੀਸ਼ਾ ਐਂਡ ਗੁਰਪ੍ਰੀਤ ਕੁੱਕੀ ਜੀ ਇਹਨਾਂ ਤੇ ਇਹਨਾਂ ਦਾ ਨਾਮ ਸੁਣਦੇ ਇੱਕ ਵਾਰੀ ਤਾਂ ਅੰਦਰੋਂ ਹੁੰਦਾ ਕਿ ਯਾਰ ਆਲਰੇਡੀ ਨਾ ਬਹੁਤ ਫਿਲਮਾਂ ਕੀਤੀ ਹੋਇਆਂ ਐਨ ਐਕਸਪੀਰੀਅੰਸ ਐਨਾਂ ਕੋਲ ਇਹਨਾਂ ਕਲਾਕਾਰੇ ਬਹੁਤ ਵਧੀਆ ਨੇ ਸਾਰੇ ਸੋ ਮੇਰਾ ਫਸਟ ਟਾਈਮ ਸੀ ਇਹਨਾਂ ਨੂੰ ਫੇਸ ਕਰਨਾ ਇੱਕ ਕੈਮਰਾ ਨਾਲ ਤਾਲਮੇਲ ਰੱਖਣਾ ਸੋ ਨਰਵਸ ਸੀਗਾ ਪਰ ਜਿੱਦਾਂ ਦੋਨੋਂ ਬੜੇ ਸ਼ੱਕ ਤੋਂ ਕੱਢਿਆ ਹੈ ਨਾ ਮਾਸੂਮ ਲੱਗਦੇ ਨੇ ਇਹਨਾਂ ਉਦਾਂ ਹੀ ਮੇਰੀ ਹੈਲਪ ਕੀਤੀ ਹੈ ਵੇ ਬਿਜੋਨ ਸ਼ਰਾਰਤਾਂ ਕੀਤੀਆਂ ਨੇ ਪਰ ਜ਼ਿਆਦਾ ਹੈਲਪ ਹੀ ਕੀਤੀ ਹੈ ਵਧੀਆ ਮੈਨੂੰ ਸਪੋਰਟ ਮਿਲੀ ਵੀ ਉਹਨਾਂ ਲੋਕਾਂ ਨੂੰ ਕੀ ਬਾਤ ਹੈ ਸੋ ਆਰਾ ਜੀ ਮੈਂ ਜੇ ਤੁਹਾਨੂੰ ਪੁੱਛਾਂ ਕਿ ਡਿਫਰੈਂਟ ਡਿਫਰੈਂਟ ਜਿਹੜੇ ਨੇ ਕਿਰਦਾਰ ਨਿਭਾਏ ਨੇ ਔਰ ਹੁਣ ਵੀ ਅਸੀਂ ਤੁਹਾਨੂੰ ਦੇਖਦੇ ਹਾਂ ਨਾ ਟੀਵੀ ਉਹ ਤੁਸੀਂ ਐਂਡ ਯੂ نو ਐਕਸ਼ਨ ਹੀਰੋ ਵੀ ਹੋ ਐਂਡ ਰੋਮਾਂਟਿਕ ਹੀਰੋ ਵੀ ਹੋ ਐਂਡ ਉਸ ਪੱਖੋਂ ਜੇ ਮੈਂ ਸੋਚਾਂ ਕਿ ਜਿਹੜੀ ਤੁਸੀਂ ਹੀਰ ਐਂਡ ਹੀਰੋ ਫਿਲਮਾਂ ਐਂ ਕਿਤੀ ਉਹ ਕੀ ਦੇਖ ਕੇ ਕੀਤੀ ਸਭ ਤੋਂ ਪਹਿਲਾਂ ਜਦੋਂ ਮੈਨੂੰ ਫਿਲਮ ਮਿਲੀ ਐ ਫਿਲਮ ਮੇਰਾ ਯਾਰ ਹੈ ਸਾਗਰ ਸ਼ਰਮਾ Mm -hmm. मैं पहले भी नहीं गई मैं पहली बार कह रहा आज तो मैं लगता ऑलमोस्ट छः सात साल पहले mm -hmm. जो मैं इस इंडस्ट्री सगल कर रहा तो स्पेशली uh, एंड मैं प्रोडक्शन करना शुरू कर सी काफी टाइम मैं प्रोडक्शन काम किया मैं विज का प्रोडक्शन संभाल रहा शोज का mm -hmm. सब तो पहले मेरे को डायरेक्ट आया नाम सागर है फर्स्ट डायरक्टर हू वॉन्टिड टू कास्मी फिल्म उस टाइम भी वह subject मैंने बहुत पसंद आया से डिफरेंट सबजेक्ट डिफरेंट कहानी डिफरेंट कॉन्सैप्ट मैंने कहा कि यार मैं जरूर कराँगा तेरे नाल yeah. जो सागर मेरे को फिल्म लेकर आया यह फिल्म मेरे को पहली वाल आई पहली वाली आई सी जो यार रनमुले के बाद यार रनमुले के बाद यह पहली फिल्म साह रहा hmm. सब कुछ हो गया सी ए मैं मटरू की बिजली का मंदोला mm -hmm. जो मेरी लास्ट हिंदी फिल्म सी ओडे पहले मैं करना चाह रहा सी वाली फिल्म जी। फिर सागर दोबारा आया उन्होंने कहा कि यार मैं वही फिल्म बना रहा हूँ मैंने सब कुछ राइट है सब कुछ वजिया है मिनीषा लांबा फिल्म कर रही है मैं चाह रहा हूँ हूँ भी तू यही वाला रोल करे एम मैं क्या यार तू क्यों मतलब तू चाह क्यों है कि मैं रोल करा इन्ना ज्यादा तू क्यों हर बारी तो यार अरे प्रॉब्लम की है कि मैनू इस रोल लेना बड़ा ही कमीना बंदा चाहिए ये बिल्कुल बड़ा कुत्ता टाइप का ਤੂੰ ਮੈਨੂੰ ਕਿਹਾ ਇਹ ਫਿਰ ਮੈਨੂੰ ਕਿਹਾ ਯਾਰ ਤੂੰ ਆਪਣੇ ਆਪ ਨੂੰ ਕਿਨਕਾਸ ਕਰ ਲੈ ਫਿਰ ਸਾਗਰ ਨੂੰ ਮਿਲ ਗਏ ਨਹੀਂ ਯਾਰ ਮੈਂ ਐਕਟਰ ਨਹੀਂ ਹਾਂ ਨਾ ਹਾਂ ਡਾਇਰੈਕਟਰ ਮੈਂ ਕਿਹਾ ਠੀਕ ਹੈ ਫਿਰ ਮੈਂ ਤੇਰੇ ਲਈ ਇਹ ਫੇਵਰ ਕਰ ਲਾਂਗਾ ਅੱਛਾ ਮਨਿਸ਼ਾ ਕੁਝ ਇਦਾਂ ਦਾ ਹੀ ਸਵਾਲ ਤੁਹਾਡੇ ਲਈ ਹੈ ਕਿਉਂਕਿ ਇਹ ਜਿਹੜਾ ਮਨਿਸ਼ਾ ਲੀਸ ਜਿਹੜਾ ਸਵਾਲ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਜਦੋਂ ਇਹ ਪਿਕਚਰ ਲਈ ਹਾਂ ਕੀਤੀ ਤੁਸੀਂ ਆਰੀ ਬਬਰ ਨੂੰ ਦੇਖ ਕੇ ਹਾਂ ਕੀਤੀ

और उन्होंने मुझे इस फिल्म की नरेशन दी और मैं सागर शो को देख रही थी देख रही थी देख रही थी देख रही थी और जिस तरीके से वो बता रहे थे मैंने बोला ये डायरेक्टर बहुत सही है ये अच्छा काम करेगा पंजाबी फिल्म में अगर मेरी पहली फिल्म होनी चाहिए तो ये फ़िल्म होनी चाहिए मैंने उधर ही उधर उनको हाँ बोल दिया और ये मैं झूठ नहीं बोल रही हूँ वो गए थे और मैंने बोला सर मुझे लगता है मैं आपके फिल्म के लिए ऑन हूँ लेकिन आप मुझे फिर भी एक दिन दे दीजिए क्योंकि i always just take one day aap mujhe ek din de dijiye lekin mujhe aapki kahani bahut pasand aayi aur ye main film aapke sath karne wali ਅੱਛਾ ਪ੍ਰੀਤ ਮੈਂ ਤੁਹਾਨੂੰ ਵੀ ਇਹ ਪੁੱਛਣਾ ਚਾਹਾਂਗੀ ਕਿ ਕਿ ਇੰਨੀ ਅੱਛੀ ਸਟਾਰ ਕਾਸਟ ਹੈ ਤੇ ਉਹਨਾਂ ਦੀ ਸੋਚ ਵੀ ਕਿੰਨੀ ਵਧੀਆ ਹੈ ਤੇ ਜਦੋਂ ਤੁਸੀਂ ਇਹਨਾਂ ਸਾਰੇ ਵੱਡੇ ਵੱਡੇ ਕਿਰਦਾਰ ਦੇ ਨਾਲ ਜਦੋਂ ਆਪਣੀ ਪਿਕਚਰ ਕਰਨੀ ਸੀ ਪਹਿਲੀ ਪੰਜਾਬੀ ਫਿਲਮ ਤੇ ਇਹਦੇ ਲਈ ਤੁਹਾਨੂੰ ਕੋਈ ਟ੍ਰੇਨਿੰਗ ਲੈਣੀ ਪਈ ਜਾਂ ਤੁਸੀਂ ਘਰ ਜਾ ਕੇ ਹੋਮਵਰਕ ਕੀਤਾ ਜਾਂ ਫਿਰ ਤੁਹਾਡੇ ਚ ਕੌਨਫੀਡੈਂਸ ਇਦਾਂ ਸੀ ਅਸੀਂ ਕਿ ਤੁਸੀਂ ਕੰਮ ਕੀਤਾ ਸਾਰਾ ਦੇਖੋ ਜਿਵੇਂ ਮੈਂ 5-6 ਸਾਲ ਤੋਂ ਥੀਏਟਰ ਕੀਤਾ ਹੋਇਆ ਆਲਰੇਡੀ ਤੋ ਪਰ ਫਿਲਮ ਦੀ ਜਿਹੜੀ ਲਾਈਨ ਆ ਵਾਡਾ ਥੋੜੀ ਹੈ ਨਾ ਤੇ ਇਸ ਤੋਂ ਪਹਿਲਾਂ 2 ਵੀਕ ਦੀ ਵਰਕਸ਼ਾਪ ਲੱਗੀ ਸੀ ਸਾਗਰ ਸਰ ਨਾਲ ਸੋ 2 ਵੀਕ ਪੂਰਾ ਕਰੈਕਟਰ ਤੇ ਕੰਮ ਕੀਤਾ ਹੈ ਮੈਂ ਨਾਲ ਮਿਲ ਕੇ ਦਿਨ ਰਾਤ ਪੂਰਾ ਵਰਨ ਸਟਡੀ ਕੀਤਾ ਹੈ ਕਿਵੇਂ ਆ ਕਿੱਦਾਂ ਆ ਸੋ ਜਿਆਦਾ ਮੈਨੂੰ ਡਰ ਨਹੀਂ ਲੱਗਾ ਕੰਫੀਡੈਂਸ ਆਪਣੇ ਆਪ ਨਾਲ ਆ ਜਾਂਦਾ ਤੁਹਾਡੇ ਕੋਲ ਨਾ ਜਦੋਂ ਤੁਸੀਂ ਮਿਹਨਤ ਕਰ ਲੈਂਦੇ ਹੋ ਕਿਸ ਚੀਜ਼ ਤੇ ਸੋ ਸਾਗਰ ਸਰ ਨੇ ਨਾਲ ਸਪੋਰਟ ਕੀਤੀ ਸਾਡੇ ਜਿਹੜੇ ਕ੍ਰੀਏਟਿਵ ਡਾਇਰੈਕਟਰ ਨੇ ਉਹਨਾਂ ਨੇ ਸਪੋਰਟ ਕੀਤੀ ਟੀਮ ਨੇ ਤਾਂ ਸਪੋਰਟ ਕੀਤੀ ਹੀ ਕੀਤੀ ਇਹਨਾਂ ਨੇ ਤਾਂ ਕੀਤੀ ਹੀ ਕੀਤੀ ਸੋ ਸਭ ਵਧੀਆ ਹੋ ਗਿਆ ਇਦਾਂ ਕੀ ਬਾਤ ਹੈ ਵੈਸੇ ਵੀ ਥੀਏਟਰ ਆਰਟਿਸਟ ਤੇ ਉਹਨੂੰ ਮਿਹਨਤ ਫਿਰ ਕੱਟ ਕਰਨੀ ਪੈਂਦੀ ਨਹੀਂ ਮਿਹਨਤ ਆ ਜੀ ਪੈਸ਼ਨ ਨਹੀਂ ਪੈਸ਼ਨ ਤਾਂ ਹਾਂਜੀ ਬਿਲਕੁਲ ਮੈਂ ਤਾਂ ਬਹੁਤ ਜ਼ਿਆਦਾ ਨਹੀਂ ਮਿਹਨਤ ਜਦ ਹਮੇ ਬੋਲਾ ਥਾ ਕਿ ਇੱਕ ਨਿਆ ਲੜਕਾ ਹੈ ਔਰ ਉਹ ਥੀਏਟਰ ਆਰਟਿਸਟ ਹੈ 5 ਸਾਲ ਸੇ ਥੀਏਟਰ ਕੀ ਤਾਂ ਮੈਂ ਤਾਂ ਬੋਲੀ ਓ ਨੋ ਮਤਲਬ ਪਹਿਲੀ ਵਾਰ ਮੈਂ ਪੰਜਾਬੀ ਫਿਲਮ ਕਰ ਰਹੀ ਹਾਂ ਉਸਕੇ ਉੱਪਰ ਆਪ ਇੱਕ ਥੀਏਟਰ ਆਰਟਿਸਟ ਲੈ ਕੇ ਆ ਰਹੇ ਹੋ ਤਾਂ ਮਤਲਬ ਮੈਨੂੰ ਤਾਂ ਖਾ ਜਾਣਗੇ ਉਹ ਓ ਮਾਈ ਗਾਡ ਮਿਹਰ ਤਾਂ ਖਾ ਜਾਏਗੇ ਉਹ ਬੇਸਿਕਲੀ ਵੈਜੀਟੇਰੀਅਨ ਹੈ ਤੇ ਗੱਲ ਹੋਈ ਨਾ ਬਾਜੀ ਮੈਂ ਫਿਲਮ ਬਣ ਗਈ ਬਾਜੀ ਮੈਂ ਭੁੱਲ ਰਹਾ ਮੈਂ ਵੈਜੀਟੇਰੀਅਨ ਨਹੀਂ ਹਾਂ ਲੋ ਜੀ ਖੀਰ ਤੇ ਹੀਰੋਇਨ ਦੀਆਂ ਇਹ ਇੰਟਰਸਟਿੰਗ ਗੱਲਾਂ ਬਾਤਾਂ ਜੜੀਆਂ ਨੇ ਉਹ ਜਾਰੀ ਰਹਿਣਗੀਆਂ ਪਰ ਲੈਣੇ ਤੇ ਇੱਕ ਛੋਟਾ ਜਿਹਾ ਬ੍ਰੇਕ ਤੇ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਹੀਰ ਤੇ ਹੀਰੋ ਦੀ ਸਟਾਰ ਕਾਸਟ ਦੇ ਨਾਲ ਪ੍ਰੀਤ ਮਿਨੀਸ਼ਾ ਆਰਿਆ ਜੋਜੀ ਜੀ ਆਰੇ ਜੀ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗੀ ਬਿਕੋਜ਼ ਜਦੋਂ ਮੈਂ ਪ੍ਰੋਮੋ ਦੇਖਦੀ ਆ ਤੇ ਉਦੋਂ ਮੈਨੂੰ ਲੱਗਦਾ ਕਿ ਤਿੰਨ ਹੀਰੋ ਤੇ ਇੱਕ ਹੀਰ ਇਹ ਬੇਸਿਕਲੀ ਇਹ ਸਟੋਰੀ ਜਿਹੜੀ ਹੈ ਉਹ ਕੀ ਹੈ ਇਸ ਫਿਲਮ ਦੀ ਕਹਾਣੀ ਬੇਸਿਕਲੀ ਹੈ ਕਿ ਇੱਕ ਕੁੜੀ ਹੈ ਉਹਦਾ ਵਿਆਹ ਹੋਣ ਵਾਲਾ ਹੈ ਤਿੰਨ ਮੁੰਡੇ ਉਹਨੂੰ ਪਸੰਦ ਕਰਦੇ ਆ ਉਹ ਸਬਟ੍ਰੈਕ ਪਰ ਉਹਨੂੰ ਉਹਦੇ ਵਿਆਹ ਚ ਪਹੁੰਚਾ ਕੇ ਚਲੇ ਜਾਂਦੇ ਕਿੱਥੇ ਪਹੁੰਚ ਕੇ ਜਾਂਦੇ ਕਿਉਂ ਜਾਂਦੇ ਉਹਨਾਂ ਦੇ ਪਿੱਛੇ ਕੌਣ ਕੌਣ ਪੜਦਾ ਹੈ ਕੀ ਹੁੰਦਾ ਉਹਦੇ ਬਾਅਦ

वो उसके इश्क में पागल हो जाते हैं उसके लिए कुछ भी करने के लिए तैयार होते हैं अच्छा प्रीतो हीर जिले एक साइड से आरफ बबर है दूसरी साइड से कुंकी जी ने ਤੇ ਤੁਹਾਨੂੰ ਕਿੰਨਾ ਮੌਕਾ ਮਿਲਿਆ ਇਹਨਾਂ ਦੇ ਨਾਲ ਹੀਰੋ ਬਣਨ ਦਾ ਔਰ ਕਿੰਨਾ ਕਿਰਦਾਰ ਜਿਹੜਾ ਸੀ ਉਹ ਥੋੜਾ ਡਿਫਿਕਲਟ ਸੀ ਐਕਚੁਅਲੀ ਸਵਾਲ ਹੀ ਗਲਤ ਹੈ ਜੀ ਇਹ ਸਵਾਲ ਇਹਨਾਂ ਦੋਨੋਂ ਨੂੰ ਜਾਂਦਾ ਹੈ ਅੱਛਾ ਤੁਹਾਨੂੰ ਨਹੀਂ ਮੇਰੇ ਨਾਲ ਤੇ ਹੈਗੇ ਨੇ ਆਲਰੇਡੀ ਓ ਵਾਓ ਇਹਨਾਂ ਨੂੰ ਭਲੇਖਾ ਜੀ ਕਿ ਸ਼ਾਇਦ ਮੇਰੇ ਨਾਲ ਉਹਨਾਂ ਨੇ ਸ਼ਾਇਦ ਭਲੇਖਾ ਜੀ ਮੇਰੇ ਨਾਲ ਪਰ ਅੰਦਰੋਂ ਮੈਨੂੰ ਪਤਾ ਜੀ ਕਿ ਇਹਨਾਂ ਨੂੰ ਪਤਾ ਹੈ ਮੇਰੇ ਨਾਲ ਕਿ ਇਹ ਹੀਰ ਤੁਹਾਡੀ ਹੈ ਹਾਂ ਲੈ ਉਹਨੇ ਪੁੱਛ ਲਓ ਉਹ ਕਹਿ ਤੇ ਰਹੇ ਉਹਨੇ ਤੁਹਾਡੇ ਸਾਹਮਣੇ ਕਹਿ ਰਹੇ ਨੇ ਦੇਖੀ ਦੇਖੀ ਇਹ ਹੀਰ ਦਾ ਜਾਦੂ ਹੈ ਕਿ ਉਸਨੇ ਹਰ ਕਿਸੇ ਕੋ ਯੇ ਇਮਪ੍ਰੈਸ਼ਨ ਦਿਆ ਕਿ ਉਹ ਉਸਕੇ ਸਾਥ ਹੈ ਤੋ ਯੇ ਤੋ ਯੇ ਯੇ ਹੀ ਉਸ ਦਾ ਉਸ ਦਾ ਮਤਲਬ ਆ ਕਹ ਕੇ ਤੂੰ ਉਸ ਕੋ ਵਾਹ ਕੀ ਹੈ ਵਾਹ ਇਟ ਇ ਟੈਲੈਂਟ ਹੈ ਟੈਲੈਂਟ ਹੈ ਉਸ ਕੀ ਵਾਹ ਮੈਨੂੰ ਤਾਂ ਸਿੱਖਣਾ ਚਾਹੀਏ ਉਸ ਸੇ ਸੀਰੀਅਸਲੀ ਇੱਕ ਚੀਜ਼ ਹੋ ਰਿਹਾ ਹੈ ਇਹ ਕਿਰਦਾਰ ਤਾਂ ਨੇ ਇੰਟਰਸਟਿੰਗ ਲੱਗ ਰਹੇ ਨੇ ਪਰ ਮੈਨੂੰ ਪਤਾ ਲੱਗਿਆ ਕਿ ਤੁਹਾਡੇ ਇਸ ਫਿਲਮ ਦੇ ਵਿੱਚ ਹੋਰ ਵੀ ਬਹੁਤ ਸਾਰੇ ਕਿਰਦਾਰ ਨੇ ਉਹ ਕੌਣ ਕੌਣ ਨੇ ਐ ਤੁਸੀਂ ਮੈਨੂੰ ਪੁੱਛ ਰਹੇ ਸਾਰਿਆਂ ਨੂੰ ਹੀ ਪੂਰੀ ਟੀਮ ਜੀ ਪਹਿਲਾਂ ਨਾ ਮੈਂ ਬੋਲਾਂ ਜੀ ਪਹਿਲੇ ਤੁਸੀਂ ਬੋਲੋ ਨਹੀਂ ਤਾਂ ਮੈਂ ਤੇ ਬਹੁਤ ਹੀ ਬੋਲ ਦੇਣਾ ਜੀ ਮੁਕਲਦੇਵ ਜੀ ਓਕੇ सेकंड तुसी बोलो अच्छा इना इन मतलब एक एक वर्ड है एक एक करके बोल देना एक एक करके यार अच्छा चलो मनोज पावा जी योगराज सिंह जी जैसे आपको पता है गुगी जी हां गुगी जी योगराज सिंह जी गुगी जी मैं कहूंगा वो कैरेक्टर नहीं हो हीरो है फिल्म में बकायदा एज अ हीरो है फिल्म में तीन एंड गुगी पाजी वर्गे एक्टर जदो इस फिल्म च होंदे है ना फिल्म कॉमेडी मैं ऑब्वियसली कहूंगा ऑब्वियसली कॉमेडी होना द फोर्टे या ऑडियंस सोच दी कि कॉमेडी सिर्फ उना द कॉमेडी फोर्टे वो इतने बढ़िया एक्टर हैं एंड एक्टर इज एन एक्टर

ਤੇ ਆਰੇ ਬਾਬਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿਉਂਕਿ ਫਿਲਮ ਜਿਹੜੀ ਹੈ ਉਹ ਹੈਗੀ ਹੈ ਹੀਰ ਤੇ ਹੀਰੋ ਦੀ ਤੇ ਰੋਮਾਂਸ ਹੈ ਤੇ ਰੋਮਾਂਸ ਜਿਹੜਾ ਮਿਊਜ਼ਿਕ ਤੋਂ ਬਿਨਾ ਅਧੂਰਾ ਹੁੰਦਾ ਤੇ ਇਹਦਾ ਮਿਊਜ਼ਿਕ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ ਮਿਊਜ਼ਿਕ ਕੀਤਾ ਹੈ ਗੁਰਮੀਤ ਸਿੰਘ ਜੀ ਨੇ ਸਿੰਗਰਸ ਬੜੇ ਗਾਇਮ ਹੈ ਜੀ ਕਮਾਲ ਖਾਨ ਹੈ ਲਾਬ ਜੰਜੂਆ ਸਾਹਿਬ ਹੈਗੇ ਮਾਸਟਰ ਸਲੀਮ ਹੈ ਮਿਸ ਪੂਜਾ ਹੈ ਸੋਨੂੰ ਨਿਗਮ ਸਾਹਿਬ ਗਾ ਰਹੇ ਹਨ ਸ਼ਵੇਤਾ ਪੰਡਿਤ ਹਨ

ਅੱਛਾ ਮਨਿਸ਼ਾ ਜੀ ਅਸੀਂ ਗੱਲ ਕਰੀਏ ਪੰਜਾਬੀ ਮਿਊਜ਼ਿਕ ਦੀ ਤੇ ਹੀਰੋਇਨ ਨੂੰ ਕਾਫੀ ਡਾਂਸ ਕਰਨ ਨੂੰ ਮਿਲਦਾ ਯੂ ਨੋ ਪੰਜਾਬੀ ਗਾਣਿਆਂ ਦੇ ਉੱਤੇ ਤੇ ਤੁਹਾਡੇ ਇਹਦੇ ਵਿੱਚ ਜਿਹੜੇ ਸੌਂਗਸ ਨੇ ਉਹ ਕਿੰਨਾ ਕੁ ਤੁਹਾਨੂੰ ਮੌਕਾ ਮਿਲਿਆ ਡਾਂਸਿੰਗ ਕਰਨ ਦਾ ਤੇ ਕਿੰਨਾ ਇੱਕ ਵਧੀਆ ਲੱਗੇ ਤੁਹਾਨੂੰ ਤੁਹਾਡੇ ਦਿਲ ਦੇ ਕਰੀਬ ਕਿਹੜਾ ਗਾਣਾ ਆ ਰੋਮਾਂਟਿਕ ਸੌਂਗ ਡੈਫੀਨਿਟਲੀ ਮੇਰੇ ਦਿਲ के बहुत करीब है लेकिन उस गाने में हमने डांसिंग नहीं की आम, गाना इसलिए नहीं डाला गया क्योंकि गाने की जरूरत है इस फिल्म में हर गाना स्क्रीनप्ले को आगे ले चुका है तो जहाँ पे आपको करना है कि दोनों लड लड़की से उनके रोमांटिक फीलिंग्स हो रहे हैं यू you नो know? hmm. ये नहीं कि उनसे कुछ मतलब है दे डोंट हर कोई मोटिव नहीं है लेकिन उनका दिल बिग उस तो, um, uh, उसमें मोमेंट्स बहुत अच्छे हैं और फिर जैसे um, उल्लू दट्टा जो गाना है ਉਮਦਾ ਪਟਾ ਗਾਦੇ ਰਹੇ ਨੇ ਨਹੀਂ ਉਹ ਤਾਂ ਉਹਨਾਂ ਨੇ ਕਿਹਾ ਮੇਰਾ ਫੇਵਰੇਟ ਹੈ ਤੇ ਉਹਨਾਂ ਨੇ ਕਿਹਾ ਉਹਨਾਂ ਦਾ ਰੋਮਾਂਟਿਕ ਫੇਵਰੇਟ ਤੁਹਾਡਾ ਕੀ ਹੈ ਫੇਵਰੇਟ ਤੀਜੀ ਗਾਣਾ ਪ੍ਰੋਮੋਸ਼ਨ ਕਰ ਲਿਆ ਇੱਕ ਆਪਣਾ ਲਕਟਰੋਟਰ ਜਿਹਦੇ ਕੁੱਕੀ ਪਾਜੀ ਫਸਟ ਟਾਈਮ ਆਈਟਮ Song ਕਰ ਰਹੇ ਨੇ ਹੇਜ਼ਲ ਕੀਚ ਨਾਲ ਔਰ ਕੁੱਕੀ ਪਾਜੀ ਦਾ ਵੀ ਸਿਰਫ ਉਹੀ ਫੇਵਰੇਟ ਹੈ ਕਿਉਂਕਿ ਹਰ ਵਾਰੀ ਕੁੱਕੀ ਪਾਜੀ ਜਦੋਂ ਕਹਿੰਦੇ ਹੈ ਮੇਰਾ ਫੇਵਰੇਟ ਹੈ ਆਪ ਦੀ ਪ੍ਰੋਮੋਸ਼ਨ ਕਰਦੇ ਆਪਣੇ ਗਾਣੇ ਦੀ ਹੀ ਪ੍ਰੋਮੋਸ਼ਨ ਕਰਦੇ ਅੱਛਾ ਵੈਸੇ ਬੜਾ ਵਧੀਆ ਮੌਕਾ ਹੈ ਹੀਰ ਨੂੰ ਇਮਪ੍ਰੈਸ ਕਰਨ ਦਾ ਜੇ ਤੁਹਾਨੂੰ ਦੋਨਾਂ ਨੂੰ ਹੁਣ ਇਸ ਟਾਈਮ ਇਮਪ੍ਰੈਸ ਕਰਨਾ ਪੈ ਜਾਏ ਤਾਂ ਕਿਹ ਦੇਖੋ ਜੀ ਗਾਣੇ ਤਾਂ ਬਹੁਤ ਨੇ ਜੇ ਮੈਨੂੰ ਗਾਉਣ ਕੋ ਗੋ ਫਿਰ ਹੀਰ ਭੱਜ ਜਾਣੀ ਹੈ ਹਾਂ ਜਿਹੋ ਜੀ ਬੇਸਵਰੀ ਮੇਰੀ ਆਵਾਜ਼ ਹੈ ਹੀਰ ਭੱਜਣੀ ਮੈਂ ਹੀਰ ਨੂੰ ਭਜਾਉਣਾ ਨਹੀਂ ਚਾਹੁੰਦਾ ਸੌਰੀ ਆ ਰਹੇ ਜੀ ਤੁਸੀਂ ਦੇਖੋ ਜੀ ਮੈਂ ਬੜਾ ਸੈਂਸਰਲੀ ਐਂਡ ਕਾ ਉਤਾਰ ਕੇ ਸਾਈਡ ਤੇ ਰੱਖ ਕੇ ਜੋਹਲ ਜੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੀਰ ਤਾਂ ਹੋ ਗਿਆ ਹੈਂ ਹੀਰ ਤਾਂ ਤੁਹਾਡੇ ਲੱਗ ਗਿਆ ਨਹੀਂ ਮੈਂ ਕਰਾਂਗਾ ਨਹੀਂ ਉਹ ਥੋੜਾ ਰਾਉਂਡ ਬਾਊਟ ਰਾਉਂਡ ਅਬਾਊਟ ਸ਼ਾਟ ਹੈ ਨਾ ਆਲ ਰਾਊਂਡਰ ਹੋ ਗਿਆ ਨਾ ਹੁਣ ਓਕੇ ਤੁਸੀਂ ਇੱਧਰ ਆ ਜਾ ਹਾਂ ਗੱਲ ਕੀ ਹੈ ਮੈਂ ਕਹਿੰਦਾ ਜੀ ਮੈਂ ਹਲ ਕੀ ਹੈ ਕਿ ਦੇਖੋ ਜੀ ਸਿੰਪਲ ਪੁਆਇੰਟ ਹੈ ਮੈਂ ਥੋੜਾ ਜਿਹਾ ਇਕਲੋਤਾ ਕੁੱਦਾ ਫਿਰਦਾ ਚਲਦਾ ਫਿਰਦਾ ਥੋੜਾ ਜਿਹਾ ਚਲ ਗਿਆ ਐਕਟਰ ਆ ਪੰਜਾਬੀ ਸਿਨੇਮਾ ਦਾ ਮੈਨੂੰ ਵੀ ਸਿੰਗਰ ਨਾ ਬਣਾਓ ਹੈ ਪੰਜਾਬੀ ਇੰਡਸਟਰੀ ਟੱਚਵੁੱਡ ਇਟ ਬਹੁਤ ਫੈਂਟੈਸਟਿਕ ਸਿੰਗਰ ਹੈ ਜੈ ਐਕਟਰ ਹੈ ਐਂਡ ਦੇ ਡੂਇੰਗ ਰੀਲੀ ਵੈਲ ਉਹਨਾਂ ਦੇ ਪੂਰੀ ਪੀੜ ਚ ਮੈਂ ਥੋੜਾ ਜਿਹਾ ਐਕਟਰ ਹਾਂ ਮੈਨੂੰ ਐਕਟਰ ਰਹਿਣ ਦਿਓ ਕੀ ਬਾਰੇ ਤੁਸੀਂ ਬਹੁਤ ਹੀ ਵਧੀਆ ਐਕਟਰ ਹੋ ਐਂਡ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਮਜ਼ਾ ਆ ਰਿਹਾ ਮੈਨੂੰ ਤੇ ਗੱਲਾਂ ਬਾਤਾਂ ਕਰਕੇ ਬਹੁਤ ਹੀ ਮਜ਼ਾ ਆਇਆ ਪਰ ਵਿਲਾ ਇਥੇ ਇੱਕ ਨਿੱਕੇ ਜਿਹਾ ਬ੍ਰੇਕਾ ਮਿਲਦੇ ਆ ਛੋੜੇ ਜਿਹਾ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਆਰਿਆ ਮਿਨੀ ਐਂਡ ਪ੍ਰੀਤ ਦੇ ਨਾਲ ਔਰ ਆਰਿਆ ਜੀ ਹਾਂ ਜੀ ਤੁਸੀਂ ਮੈਨੂੰ ਪਤਾ ਹੈ ਉਹਨਾਂ ਨੂੰ ਪਰਚੀਆਂ ਚੁੱਕਣ ਲਈ ਕਹਿ ਰਹੇ ਹੋ ਤੇ ਆਪਾਂ ਸਵਾਲ ਤੇ ਆ ਜਾਈਏ ਮੈਂ ਕਦੋਂ ਗਿਆ ਕਿਨੇ ਆ ਹੁਣੇ ਇਸ਼ਾਰਾ ਕਰ ਰਹੇ ਸੀ ਨ ਮੈਂ ਸਾਗਰ ਦੀ 100 ਖਾਂਦਾ ਮੈਂ ਨਹੀਂ ਕਹਿ ਰਹਾ ਸੀ ਲੋ ਜੀ ਤੁਹਾਡੀ ਇਹ ਪਹਿਲੀ ਫਿਲਮ ਸੀ ਤੇ ਇਸ ਫਿਲਮ ਦੇ ਵਿੱਚ ਤੁਹਾਡਾ ਫੇਵਰਿਟ ਸੀਨ ਡਾਇਲੋਗ ਕਿਹੜਾ ਰਿਹਾ ਮੈਂ ਤੇ ਆ ਰਿਹਾ ਜੀ ਹਵੇਲੀ ਸ਼ੂਟ ਕਰ ਰਹੇ ਸੀਗੇ ਤੇ ਉੱਪਰ ਅਸੀਂ ਲੜਨਾ ਸੀ ਕਿਸੇ ਦੂਜੇ ਨਾਲ ਹਨਾ ਖੁੰਦਕਬਾਜੀ ਸੀ ਹੁਣ ਮੈਂ ਬੋਲ ਰਵਾਂਗਾ ਪਰ ਮੈਂ ਤਾਂ ਹੱਥ ਚੁੱਕਿਆ ਨਹੀਂ ਜਾਣਾ ਅਗੋ ਇਹ ਵੀ ਮਹਾਰਾਥੀ ਜੀ ਉਦੈ ਨੇ ਬੋਲ ਰਹੇ ਨੇ ਮੈਨੂੰ ਹੱਥ ਚੁੱਕਣਾ ਨਹੀਂ ਆ ਸੋ 2 ਮਿੰਟ ਦੀ ਸਾਡੀ ਇਹੀ ਬੈਸ ਹੋ ਰਹੀ ਕਿ ਤੂੰ ਮਾਰ ਗਿਆ ਕਹਿੰਦਾ ਤੂੰ ਮਾਰ ਗਿਆ ਇਹਦਾ ਤੂੰ ਹੱਥ ਲਾ ਕਹਿੰਦਾ ਵੀ ਤੂੰ ਹੱਥ ਲਾ ਇੰਨੀ ਬੈਸ ਬਾਜੀ ਚ ਥੱਲੇ ਬਲਰਾਜ ਬੈਠਾ ਹੁੰਦਾ ਉਹ ਦੇਖ ਰਹੰਦਾ ਯਾਰ ਲੜਦੇ ਲੁੜਦੇ ਹੈ ਨਹੀਂ ਟਾਈਮ ਵੇਸਟ ਕਰੀਂਦੇ ਮੈਂ ਮਜਾ ਲੈਣ ਨੂੰ ਬੈਠਾ ਉਪਰ ਮਨੀਸ਼ਾ ਜੀ ਫਿਰ ਭੱਜੇ ਭੱਜਉਂਦੇ ਜਾਂ ਤੂੰ ਬਲਰਾਜ ਨੂੰ ਕਹਿੰਦੇ ਤੂੰ ਰੋਕ ਲੈ ਇਹਨਾਂ ਨੂੰ ਕੀ ਕਰੀ ਜਾਂਦਾ ਉਹ ਕਹਿੰਦਾ ਲੜਦੇ ਲੁੜਦੇ 7 ਨਾਲ 7 ਨਾਲ ਖੇਡੀ ਜਾਂਦੇ ਨੇ ਫਾਇਦਾ ਕੋਈ ਹੈ ਨਹੀਂ ਇਹਨਾਂ ਦਾ ਸੋ ਡਾਇਲੋਗ ਉਹ ਸੀਨ ਮੇਰਾ ਬਿਲਕੁਲ ਫੇਵਰਟ ਹੈ ਸੋ ਉਸ ਤੋਂ ਇਲਾਵਾ ਜਿਹੜਾ ਫਿਲਮ ਦੇ ਆਪਾਂ ਕਈ ਸਾਰੇ ਸੈੱਟ ਤੇ ਸਾਰੇ ਸ਼ੂਟਿੰਗ ਦੇ ਦੌਰਾਨ ਇੱਕ ਸੀਨ ਹੋਇਆ ਜਿਹੜਾ ਮਨੀਸ਼ਾ ਜੀ ਨੇ ਨੇਚਰਲੀ ਕਰਤਾ ਸੀਗਾ ਜਿਹੜਾ ਆਪਾਂ ਡਿਸਕਸ ਕਰਾਰੇ ਕੁਗੀ ਭਾਈ ਨਾਲ ਉਹ ਸੈਂਟ ਬਹੁਤ ਵਧੀਆ ਕਿੱਤੇ ਸੀ ਮੈਡਮ ਜੀ ਉਹਦੇ ਬਹੁਤ ਹੀ ਵਧੀਆ ਇੱਕਦਮ ਹੁਣ ਰੋਡ ਤੇ ਸ਼ੂਟ ਸੀਗਾ ਟਰੈਕਟਰ ਤੇ ਸਾਰੇ ਬੈਠੇ ਹੋਏ ਸੀ ਅਸੀਂ ਆਈ ਵਿ ਬਿਕਮ ਮਿਨੀ ਸ਼ੈਲਾਮਬਾ ਹਾਂ ਓਕੇ ਬਿਲਕੁਲ ਯੂ ਬਿਕਮ ਦਾ ਟਰੈਕਟਰ ਗਾਇ ਟਰੈਕਟਰ ਗਾਇ ਪਹਿਲੇ ਸਟੋਰੀ ਦੱਸ ਫਿਰ ਅਸੀਂ ਸਟੋਰੀ ਦੱਸ ਕਿ ਸਾਡੀ ਸ਼ੂਟਿੰਗ ਚੱਲਦੀ ਆ ਟਰੈਕਟਰ ਦੇ ਰੋਡ ਦੇ ਉੱਤੇ ਦੋ ਮੁੰਡੇ ਨੇ ਉਹ ਟਰੈਕਟਰ ਤੇ ਆ ਰਿਹਾ ਕੋਈ ਹਨਾ ਪਿੱਛੇ ਬੋਰੀਆਂ ਬਾਹਰ ਰੱਖੇ ਵਿਚਾਰਾ ਕੰਮ ਚੱਲਿਆ ਹੋਣਾ ਕਿਤੇ ਉਹ ਜੱਟ ਨੇ ਗਾਣੇ-ਗਾਣੇ ਲਾਇਏ ਹੋਏ ਸੀ ਸਪੀਕਰ ਤੇ ਸਪੀਕਰ ਲਾਇਆ ਟਰੈਕਟਰ ਦੇ ਉੱਪਰ ਵਗੈਰਾ ਲਾ ਕੇ ਉਹਨੇ ਦੇਖ ਲਿਆ ਵੀ ਮਨੀਸ਼ ਜੀ ਨੇ ਸਮਾਈਲ ਕੀਤੀ ਐਦਾਂ ਦੇਖਿਓ ਐ ਟਰੈਕਟਰ ਵਾਲਾ ਮੈਂ ਟਰੈਕਟਰ ਵਾਲਾ ਕੈਮਰਾ ਐ ਵਾਲਾ ਚਲੋ ਐ ਵਾਲਾ ਟਰੈਕਟਰ ਵਾਲਾ ਜੀ ਬਿਲਕੁਲ ਐਦਾਂ ਸਮਾਈਲ ਟਰੈਕਟਰ ਵਾਲੇ ਨੂੰ ਲੱਗਾ ਵੀ ਹੋ ਗਿਆ ਕੰਮ ਜੀ ਉਹਨੇ ਕੀ ਕੀਤਾ ਗੇੜੀ ਕਮਾਈ ਵਾਪਸ ਉਹ ਤੋਂ ਫੇਰ ਆਇਆ ਇਹ ਵੋਲਿਊਮ ਚੱਕਾ ਇੱਥੇ ਕੁਗੀ ਪਾਜੀ ਮਤਲਬ ਮੈਂ ਤੇ ਪ੍ਰੀਤ ਹਾਂ थी? वो तो म्यूजिक चल रहा है म्यूजिक चल, चल रहा है म्यूजिक चल बॉलीवुड ऊपर मुंडे की ठीक है रोक रहा बार बार मनीशा ना कर मनीषा ना कर <laughs> ना कर जाएगा। <laughs> करा कर पंगा <laughs> ਕੀ ਗਾੜੇ ਸਮਝ ਨਹੀਂ ਆ ਰਹੇ ਟਿਪੀਕਲ ਪੰਜਾਬੀ ਲਾਏ ਹੋਏ ਨੇ ਪਰ ਉਹਨੂੰ ਹੋ ਗਿਆ ਵੀ ਬਸ ਹੁਣ ਸਾਰੀ ਸ਼ਾਮ ਤੱਕ ਜਿੰਨੇ ਦਾ ਸ਼ੂਟ ਖਤਮ ਨਹੀਂ ਹੋਇਆ ਉਹ ਟਰੈਕਟਰ ਤੇ ਗੇੜੀ ਮਾਰਦਾ ਰਹਿ ਗੇੜੀ ਮਾਰਦਾ ਰਿਹਾ ਪਿੱਛੇ ਪਿੱਛੇ ਕਾਠ ਤੇ ਬੋਲ ਦੇ ਡਟ 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 ਹੁਣ ਵੇਲਾ ਹੋ ਗਿਆ ਰੈਪ ਲੈ ਇਹ ਸ਼ਾਰਟ ਚ ਨਹੀਂ ਆ। ਲੈ ਮੈਂ 90 ਦੀਆਂ ਪੰਜ ਦਿੱਤਾ ਤੁਹਾਨੂੰ। ਹਾਂ। ਸੋ ਜੀ ਤੁਸੀਂ ਤਿਆਰ ਸਾਰੇ ਜਣੇ ਕਿਉਂਕਿ ਮੈਂ ਤਿਆਰ ਹੋ ਕੇ ਤੇ ਆਇਆ ਹਾਂ ਪਰ ਦੇਖ ਲਓ ਤੁਸੀਂ ਜੀ ਜੀ ਤਿਆਰ। ਤੁਹਾਨੂੰ ਲੱਗਦਾ ਤੇ ਮੈਂ ਜੈਕਟ ਵੀ ਚੇਂਜ ਕਰ ਨਹੀਂ ਜਾਣਾ। ਨਹੀਂ 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 ਬਹੁਤ ਸਹੀ ਲੱਗ ਰਹੇ ਹੋ ਤੁਸੀਂ। ਐਂਡ ਪੀਡੀਸੀ ਸੁਪਰਸਟਾਰ ਦਾ ਜਿਹੜਾ ਇਹ ਗੇਮ ਹੈ ਛੋਟਾ ਜਿਹਾ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਵਰਡ ਦੇ ਵਿੱਚ ਜਿਹੜਾ ਕਿਸੇ ਪਰਸਨੈਲਿਟੀ ਕਿਸੇ ਪਲੇਸ ਦਾ ਨਾਮ ਜਿਹੜਾ ਉਹ ਪੁੱਛਾਂਗੀ ਤੁਸੀਂ ਟਰਾਈ ਕਰਨੀ ਹੈ ਕਿ ਤੁਸੀਂ ਉਹਦਾ ਆਨਸਰ ਵੀ ਜਿਹੜਾ ਉਹ ਇੱਕ ਵਰਡ ਹੀ ਦੇਣਾ ਹੈ। ਲਓ ਜੀ ਤੁਹਾਡੇ ਲਈ ਪਹਿਲਾ ਸਵਾਲ ਹੈ। मिनीशा लांबा ब्यूटिफुल आर्या बबर आर्या बबर कमेडियन अच्छा प्रीत जी. गुरप्रीत मिनीशा, हरजीत पुलर फिट सागर शर्मा दोस्त है मुकिल देव मेरी नेचुरल ओए, एक वर्ड कहना तीन हो गया हो गया गलत आइसक्रीम

ओ चलो थोड़ा अपना स्वभाव प्यार प्यार वो भी जिंदगी यार क्या करे अब <laughs> दोस्ती स्पेशल पैसा नीड फेम सब्जेक्टिव फैमिली लाइफ सपने ट्रू जी आर्य मनीषा एंड प्रीत ਤੁਸੀਂ ਬਹੁਤ ਹੀ ਵਧੀਆ ਸਾਰਿਆਂ ਨੇ ਆਨਸਰ ਦਿੱਤੇ ਨੇ ਸੋ ਪੀਟੀਸੀ ਦੇ ਵੱਲੋਂ ਮੇਰੇ ਵੱਲੋਂ ਤੁਹਾਡੇ ਲਈ ਬਹੁਤ ਹੀ 1 ਸੈਕਿੰਡ 1 ਸੈਕਿੰਡ प्रीत जी मनीषा जी ਸਵਾਲ ਤਿੰਨ ਨੇ ਤੇ ਪਰ ਰੈਪਿਡ ਫਾਇਰ ਆਰਾਊਂਡ ਦਿੱਤਾ ਹੈ ਕਿਤਾ ਹੈ ਹੈਨਾ ਰੈਪਿਡ ਫਾਇਰ ਆਰਾਊਂਡ ਤੇ ਜਿੱਤਦਾ ਕੌਣ ਹੈ ਪ੍ਰੀਤਵੀ ਜਾਨਣਾ ਚਾਹੇਗਾ ਤਾਂ ਮੈਂ ਸੋਚਦਾ ਮਨ ਇਸ਼ਾਰਾ ਜੀ ਵੀ ਜਾਨਣਾ ਚਾਹੁੰਦਾ ਮੈਂ ਬੋਲ ਸਕਦੀ ਕਿ ਕੌਣ ਨਹੀਂ ਜੀਤਾ ਔਰ ਉਹ ਹੂੰ ਮੈਂ ਚਲੋ ਕੋਈ ਗੱਲ ਨਹੀਂ ਬਸ ਉਹ ਕਲੀਅਰ ਹੋ ਗਿਆ ਕਿ ਕੌਣ ਜਿੱਤਦਾ ਹੈ ਕੌਣ ਜਿੱਤਦਾ ਹੈ ਪਹਿਲੇ ਬੰਦੇ ਗਿਫਟ ਉਹਨੂੰ ਪਹਿਲੇ ਮਿਲਣਾ ਚਾਹੀਦਾ ਹੈ ਐਕਚੁਅਲੀ ਜਿਹੜੀ ਹੀਰ ਸੀ ਉਹਨੇ ਵੀ ਇੰਨੇ ਸੋਹਣੇ ਸਵੀਟ ਸਵੀਟ ਆਨਸਰ ਦਿੱਤੇ ਤੇ ਜਿਹੜੇ ਹੈ ਹੀ ਹੀਰੋ ਅਸੀਂ ਜੈਪਾ ਚੰਦੇ ਤੇ ਫਿਰ ਯੂ ਵੇਰਰੀ ਗੁੱਡ ਵਨ ਯਾਰ ਨਹੀਂ ਮੈਂ ਤਾਂ ਕਿਹਾ ਹੀਰੋ ਜਿਹੜਾ ਉਹ ਤਾਂ ਫਿਰ ਹੈ ਠੀਕ ਹੈ ਤੇ ਇਹ ਸਾਰੇ ਤੁਹਾਡੇ ਗਿਫਟ ਜਿਹੜੇ ਨੇ ਉਹ ਤਿੰਨਾਂ ਦੇ ਵਿੱਚ ਬਰਾਬਰ ਨੇ ਟਾਈ ਹੋ ਗਿਆ ਤੁਸੀਂ ਤਿੰਨੋਂ ਵਿਨਰਸ ਨੇ ਫ੍ਰੀ ਤੇ ਤੁਹਾਡੇ ਲਈ ਸਭ ਤੋਂ ਪਹਿਲੇ ਕਿਉਂਕਿ ਤੁਸੀਂ ਲਾਗੇ ਬੈਠੇ ਹੋ ਥੈਂਕ ਯੂ ਇਹੀ ਵਜ੍ਹਾ ਨਾਲ ਲਾਗੇ ਬੈਠਨ ਦਾ ਦੁਸ਼ਨੀਸ਼ਾ ਜੀ ਇਹ ਤੁਹਾਡੇ ਲਈ ਥੈਂਕ ਯੂ ਮੈਂ ਵੀ ਖੋਲ ਸਕਦੀ ਹਾਂ ਜੀ ਪਲੀਜ਼ ਮੈਂ ਕੀ ਕਰਾਂ ਟਾਈਡ ਅਪ ਹੋ ਗਈ ਸਰ ਮੈਂ ਆ ਰਹੀ ਹਾਂ ਮੇਰੇ ਕੋਲ ਟਾਈਡ ਨਹੀਂ ਹਾਂ ਨਹੀਂ ਲੈਣਾ ਹਾਂ ਸੋ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸਰਪ੍ਰਾਈਜ਼ ਹੈ ਤੁਸੀਂ ਧੀ ਵੀ ਛੱਡ ਕੇ ਕਿਤੇ ਨਹੀਂ ਜਾਣਾ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਰੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਅਸੀਂ ਸਰਪ੍ਰਾਈਜ਼ ਜਿਹੜਾ ਉਹ ਤੁਹਾਡੇ ਲਈ ਲੈ ਕੇ ਆਏ ਆ ਉਹ ਇਹ ਹੈ ਕਿ ਸਾਗਰ ਸਾਹਿਬ ਸਾਗਰ ਸਾਹਿਬ ਪੀਟੀਸੀ ਸੁਪਰਸਟਾਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮੱਚ ਸਾਗਰ ਸਾਹਿਬ ਜੀ ਅਸੀਂ ਗੱਲ ਕਰੀਏ ਤੁਹਾਡੀਆਂ ਮੂਵੀਜ਼ ਦੀ ਬੁਰਰਾ ਜਿਹੜੀ ਸੀ ਉਹ ਇੱਕ ਇਸ਼ੂ ਵਾਲੀ ਮੂਵੀ ਸੀ ਉਹਦੇ ਵਿੱਚ ਇਸ਼ੂ ਸੀਗਾ ਔਰ ਹੀਰ ਐਂਡ ਹੀਰੋ ਜਿਹੜੀ ਹੈ ਉਹ ਕਾਮੇਡੀ ਰੋਮਾਂਟਿਕ ਮੂਵੀ ਹੈ ਤੇ ਜੇ ਪਰਸਨਲੀ ਤੁਹਾਨੂੰ ਪੁੱਛੀਏ ਤੇ ਤੁਹਾਨੂੰ ਕਿਸ ਤਰ੍ਹਾਂ ਦੀ ਮੂਵੀ ਜਿਹੜੀ ਆ ਉਹ ਕਰਨੀ ਜ਼ਿਆਦਾ ਵਧੀਆ ਲੱਗਦੀ ਹੈ ਮੈਂ ਚਾਹਨਾ ਕਿ ਜਿਹੜਾ ਕੰਮ ਹੈ ਪਿੱਛੇ ਕਰ ਚੁੱਕੇ ਆ ਉਮ ਰਿਪੀਟ ਨਾ ਕਰਾ। ਉਹ ਵਾਓ। ਕੁਛ ਨਾ ਕੁਛ ਡਿਫਰੈਂਟ ਹੋਵੇ। ਜਿਵੇਂ ਪਿੱਛੇ ਪੰਜਾਬੀ ਫਿਲਮਾਂ ਦਾ ਦੌਰ ਚੱਲ ਰਿਹਾ ਕਿ ਕਾਮੇਡੀ 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 ਮੈਂ ਵੀ ਕਾਮੇਡੀ ਲਈ ਹੈ ਪਰ ਮੈਂ ਸਿਰਫ ਇਸ ਫਿਲਮ ਨੂੰ ਇਸ ਕਰਕੇ ਕੀਤਾ ਕਿ ਟੋਟਲ ਰੋਡ ਤੇ ਆ। ਹਮ ਹਮ। ਅ ਸਿਨੇਮੈਟਿਕ ਵਾਈਜ਼ ਬਹੁਤ ਖੁੱਲੀ ਹੋਈ ਫਿਲਮ ਹੈ। ਤੇ ਬਾਕੀ ਮੇਰੇ ਕਲਾਕਾਰਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਫਿਲਮ ਦੇ ਵਿੱਚ ਕੀ ਕਹਾਣੀ ਹੈ ਕੀ ਨਹੀਂ ਆ ਮੈਂ ਬਾਰ ਬਾਰ ਉਸੇ ਨੂੰ ਰਿਪੀਟ ਕਰਾਂ। ਯਾ ਤੇ ਇੱਕ ਡਿਫਰੈਂਟ ਸੈਗਮੈਂਟ ਦੇ ਵਿੱਚ ਬ੍ਰੀਥ ਜਿਸ ਤਰ੍ਹਾਂ ਤੁਹਾਡੀ ਵੀ ਇਹ ਪਹਿਲੀ ਫਿਲਮ ਸੀ ਔਰ ਡਾਇਰੈਕਟਰ ਸਾਹਿਬ ਸਾਗਰ ਸਾਹਿਬ ਨੇ ਵੀ ਪਹਿਲੀ ਵਾਰੀ ਤੁਹਾਨੂੰ ਮੌਕਾ ਮਿਲਿਆ ਕਰਨ ਦਾ ਤੇ ਕੀ ਚੀਜ਼ ਸੀ ਜਿਹੜੀ ਇਹਨਾਂ ਦੇ ਵਿੱਚ ਸਭ ਤੋਂ ਵਧੀਆ ਲੱਗੀ ਤੁਹਾਨੂੰ ਜਦੋਂ ਸਾਗਰ ਪਾਜੀ ਨੇ ਮੈਨੂੰ ਸਕ੍ਰਿਪਟ ਸੁਣਾਈ ਸੀ ਇਹਨਾਂ ਸਕ੍ਰਿਪਟ ਸੁਣਾਈ ਨਹੀਂ ਸੀ ਮੈਨੂੰ ਫਿਲਮ ਬਖਾਤੀ ਸੀ ਇਹਨਾਂ ਦਾ ਬੋਲਣ ਦਾ ਜ਼ਰੀਆ ਜਿਹੜੀ ਸਟੋਰੀ ਮੇਰੇ ਅੱਗੇ ਰੱਖੀ ਸੀ ਇਹਨਾਂ ਨੇ ਇੱਕ ਇੱਕ ਕਰੈਕਟਰ ਮੈਨੂੰ ਇਹਨਾਂ ਫਿਲਮ ਪੂਰੀ ਬਖਾਈ ਸੀ ਕਿ ਫਿਲਮ ਐ ਬਣ ਰਹੀ ਹੈ ਵਾਓ ਉਸ ਟਾਈਮ ਇ ਮੇਰੇ ਅੰਦਰ ਇੱਕ ਐਵੋ ਚੀਜ਼ ਪਲੱਸ ਕਲਿੱਕ ਕੋਈ ਉਹ ਚੀਜ਼ ਨੇ ਬਹੁਤ ਭਾਈ ਨੇ ਮੈਨੂੰ ਸਿਖਾਇਆ ਹੋਈ ਹੈ ਬਹੁਤ ਕੁਝ اچھا ਸਾਗਰ ਸਾਹਿਬ ਜੇ ਅਸੀਂ ਗੱਲ ਕਰੀਏ ਜਿਸੇ ਵੀ ਫਿਲਮ ਨੂੰ ਬਣਾਉਣ ਤੋਂ ਪਹਿਲੇ ਵਰਕਸ਼ਾਪ ਲੱਗਦੀ ਹੈ ਤੇ ਇਹ ਕਿ ਤੁਸੀਂ ਤੁਹਾਡੀ ਪਰਸਨਲ ਫੀਲ ਹੈ ਕਿ ਵਰਕਸ਼ਾਪ ਲੱਗਣੀ ਜ਼ਰੂਰੀ ਹੈ ਵਰਕਸ਼ਾਪ ਲੱਗਦੀ ਹੈ ਤੇ ਇਹ ਕਿ ਤੁਸੀਂ ਤੁਹਾਡੀ ਪਰਸਨਲ ਫੀਲ ਹੈ ਕਿ ਵਰਕਸ਼ਾਪ ਲੱਗਣੀ ਜ਼ਰੂਰੀ ਹੈ ਮੈਂ ਮੰਨਦਾ ਐਜ਼ ਅ ਡਾਇਰੈਕਟਰ ਜੀ ਮੈਂ ਬੁਰਰਾ ਵੀ ਕੀਤੀ ਸੀਗੀ ਤੁਸੀਂ ਬੁਰਰਾ ਦੇ ਵਿੱਚ ਵੀ ਜਿਹੜੇ ਐਕਟਰ ਮੈਂ ਕੰਪੇਅਰ ਨਹੀਂ ਕਰਾ ਕਿਸੇ ਫਿਲਮ ਨਾਲ ਤੁਸੀਂ ਉਹਨਾਂ ਦਾ ਕੰਮ ਬਾਕੀ ਫਿਲਮਾਂ ਦੇ ਕੰਪੈਰੀਟਿਵਲੀ ਦੇਖ ਲਓ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਐਕਟਰ ਮੇਰੇ ਨਾਲ ਕੰਮ ਕਰੇ ਉਹ ਮੈਨੂੰ 7 ਤੋਂ 8 ਦਿਨ ਐਕਸਟਰਾ ਦੇ ਦੇ ਓਕੇ ਤਾਂ ਕਿ ਅਸੀਂ ਫਿਲਮ ਦੇ ਪ੍ਰੀ-ਪ੍ਰੋਡਕਸ਼ਨ ਚ ਉਸ ਚੀਜ਼ ਤੇ ਵਰਕ ਕਰ ਸਕੀਏ ਜਿਹੜੇ ਲੋਕਾਂ ਨੇ ਦੇਖਣੀ ਹੈ ਰਾਈਟ ਐਟ ਲੀਸਟ ਔਰ ਇਹਦੇ ਮੈਨੂੰ ਨਵਾਂ ਮੁੰਡਾ ਵੀ ਸੀਗਾ ਤੇ ਕੁਝ ਥੀਏਟਰ ਕੀਤਾ ਸੀ ਕੌਨਫੀਡੈਂਸ ਕਿਉਂਕਿ ਥੀਏਟਰ ਜਿਹੜਾ ਹੈਗਾ ਉਹ ਵਾਈਡ ਮੀਡੀਆ ਹੈ ਫਿਲਮ ਚ ਕਈ ਵਾਰੀ ক্লোਜ਼ ਜਾਂ ਇਹ ਚੀਜ਼ਾਂ ਕਾਫੀ ਅਸੀਂ ਟੈਕਨੀਕਲੀ ਕਵਰ ਕਰ ਲਏ ਮੁੰਡਾ ਨੂੰ ਜਾਣਦੇ ਆ ਯੈਸ ਤੇ ਫਿਰ ਇਹਨਾਂ ਮੈਨੂੰ ਜਦੋਂ 2 ਹਫ਼ਤੇ ਦਿੱਤੇ ਤਾਂ 2 ਹਫ਼ਤੇ ਮੇਰੇ ਲਈ ਜਾਂ ਇਹਦੇ ਲਈ ਜਾਂ ਫਿਲਮ ਲਈ ਕਿੰਨੇ ਬਿਹਤਰ ਹੈ ਤੁਸੀਂ ਫ ਕਿਆ ਬਾਤ ਹੈ ਕਿ ਕੋਈ ਬੰਦਾ ਮੈਂ ਗਰੰਟੀ ਨਾ ਕਰ ਸਕਦਾ ਠੀਕ ਹੈ ਆ ਰਿਹਾ ਆਪਣੇ ਆਪ ਨੂੰ ਪ੍ਰੂਫ ਕਰ ਚੁੱਕਿਆ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਕੀ ਇਹ ਬਹੁਤ ਵਧੀਆ ਐਕਟਰ ਹੈ ਹੈਗਾ ਹੀ ਮਨੀਸ਼ਾ ਨੇ ਆਪਣੇ ਆਪ ਨੂੰ ਪ੍ਰੂਫ ਕੀਤਾ ਠੀਕ ਹੈ ਉਹ ਹੈਗੀ ਹੈ ਇਹਨੂੰ ਪ੍ਰੂਫ ਕਰਨਾ ਜ਼ਰੂਰੀ ਸੀਗਾ ਕਿਉਂਕਿ ਇਹ ਜੇ ਦੇਖਿਆ ਜਾਵੇ ਬੜੇ ਤਰੰਦਰਾਂ ਦੇ ਵਿੱਚ ਖੜਿਆ ਹੋਇਆ ਸੀ ਤੇ ਪਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਤੁਹਾਨੂੰ ਕਿਤੇ ਫੀਲ ਨਹੀਂ ਆਏਗਾ ਕਿ ਇਹਨਾਂ ਦੇ ਵਿੱਚ ਕੋਈ ਨਵਾਂ ਮੁੰਡਾ ਖੜਾ ਹੈ ਮਨੀਸ਼ਾ ਜੀ ਜੇ ਤੁਹਾਨੂੰ ਪੁੱਛੀਏ ਤੇ ਤੁਸੀਂ ਕੀ ਕਹੋਗੇ ਕਿ ਸਾਗਰ ਸਾਹਿਬ ਦੇ ਨਾਲ ਤੁਸੀਂ पहली बारा है पंजाबी सिनेमा दे काम किया तो कड़ी क्वालिटी इन्होंने बेस्ट लगी इनमें बहुत एक पॉजिटिविटी है आ, कि जो भी प्रॉब्लम्स होते थे सेट पे hmm. जो भी चीज़ें होते थे जहाँ पे कोई भी डायरेक्टर चिल्ला चिल्ला के काम निकलवा सकते थे ये इतने प्यार में इतने सेंस ऑफ ह्यूमर के साथ काम निकलवाते hmm. थे और इसलिए कोई भी सेट से पे भड़क भड़कता नहीं था क्योंकि वो देखते थे कि डायरेक्टर इतने आराम से काम निकलवा रहा है जब भी थोड़ी प्रॉब्लम्स होते हैं और हर फिल्म पे प्रॉब्लम्स होते हैं कुछ ना कुछ होता है जो चिल्लाने के लायक होता है लेकिन ये चिल्लाते नहीं थे जी आर बबर जी जे अच्छिए जाते जाते दर्शकों की कहना चाहोगे कि थोड़ी मूवी जी वो बाकी फिल्मों नो हट के की है तो पहले दिन पहले शो जरा वो ਦੇਖਣਾਂ ਉਹਦੇ ਲਈ ਤੁਸੀਂ ਆਪਣੇ ਫੀਅਰਸ ਨੂੰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਹੈ ਜੀ ਕਿ ਮੇਰੀ ਲਾਈਫ ਦੀ ਬੈਸਟ ਫਿਲਮ ਮੈਂ ਇੱਕ ਹੋਰ ਵਾਰੀ ਅਗਲ ਵੀ ਕਹਾਂਗਾ ਕਿ ਇਹ ਮੇਰੀ ਸੋਲੋ ਫਿਲਮ ਨਹੀਂ ਆ ਫਿਰ ਵੀ ਐਜ਼ ਅਨ ਐਕਟਰ ਐਜ਼ ਅ ਹੀਰੋ ਮੈਂ ਕਹਿ ਰਿਹਾ ਇਹ ਮੇਰੀ ਲਾਈਫ ਦੀ ਬੈਸਟ ਫਿਲਮ ਹੈ ਕੀ ਬਾਤ ਹੈ ਵਾਓ ਤੁਸੀਂ ਪਲੀਜ਼ ਜਾ ਕੇ ਦੇਖੋ ਮੈਂ ਕਿਉਂ ਇਹ ਗੱਲ ਕਹਿ ਰਿਹਾ ਕਿਉਂਕਿ ਜੈਨੂਨਲੀ ਦਿਸ ਫਿਲਮ ਇਸ ਵੈਰੀ ਜਦੋਂ ਇੱਕ ਫਿਲਮ ਵਧੀਆ ਹੁੰਦੀ ਹੈ ਹਰ ਐਕਟਰ ਹਰ ਬੰਦਾ ਉਸ ਫਿਲਮ ਚ ਵਧੀਆ ਕੰਮ ਕਰਦਾ ਇਟਸ ਅ ਹੋਲ ਟੀਮ ਵਰਕ ਐਂਡ ði ਟੀਮ ਆਫ ਦਿਸ ਫਿਲਮ ਇਸ ਸੁਪਰ ਐਸ ਕਰਕੇ ਮੈਂ ਕਹਾਂਗਾ ਪਲੀਜ਼ ਜਾ ਕੇ ਫਿਲਮ ਦੇਖੋ ਜੇ ਤੁਹਾਨੂੰ ਕਾਮੇਡੀ ਦੇਖਣੀ ਹੈ ਇੱਕ ਨਵਾਂ ਕਨਸੈਪਟ ਦੇਖਣਾ ਹੈ ਇੱਕ ਨਿਊ ਸਟਾਈਲ ਦੇਖਣਾ ਹੈ ਇੱਕ ਨਿਊ ਸਿਨੇਮੈਟਿਕ ਗ੍ਰਫੀ ਹੋਵੇ ਇੱਕ ਨਿਊ ਟੇਕਿੰਗ ਦਾ ਸਟਾਈਲ ਹੋਵੇ ਡਾਇਰੈਕਟਰਸ਼ਿਪ ਹੋਵੇ ਜਾ ਕੇ ਫਿਲਮ ਦੇਖੋ ਜੀ ਸਾਗਰ ਸਾਹਿਬ ਹੀਰ ਐਂਡ ਹੀਰੋ ਦੇ ਮੂਵੀ ਦੇ ਬਾਰੇ ਕਿਉਂਕਿ ਥੋੜੇ ਦਿਨਾਂ ਤੱਕ ਇਹ ਜੜੀ ਸਾਰੇ ਦਸ਼ਕਾਂ ਦੇ ਸਾਹਮਣੇ ਆਜਣੀ ਇਸ ਬਾਰੇ ਤੁਸੀਂ ਆਡੀਅנס ਨੂੰ ਕੀ ਕਹਿਣਾ ਚਾਹੋਗੇ ਚਾਹਦੇ ਜਾਂਦੇ ਇਨ ਸ਼ਾਰਟ ਹੀਰ ਐਂਡ ਹੀਰੋ 18 ਅਕਤੂਬਰ ਨੂੰ ਥੀਏਟਰ ਚੱਲ ਰਹੀ ਹੈ ਓ ਥੈਂਕ ਯੂ ਹਾਂ 18 ਅਕਤੂਬਰ 18 ਅਕਤੂਬਰ ਤੇ ਇਨ ਸ਼ ਕਿ ਜੇ ਤੁਸੀਂ ਫਿਲਮ ਵੇਖਣ ਗਏ ਤਾਂ ਤੁਸੀਂ ਜਦੋਂ ਬਾਹਰ ਆਓਗੇ ਤੇ ਨਾਲ ਚਾਰ ਬੰਦਿਆਂ ਨੂੰ ਹੋਰ ਕਹੋਗੇ ਕਿ ਜਾ ਕੇ ਫਿਲਮ ਦੇਖੋ ਵਾਓ ਦੈਟਸ ਗ੍ਰੇਟ ਐਂਡ ਵਿਸ਼ ਯੂ 올 ਦਾ ਬੈਸਟ ਪ੍ਰੀਤ ਮਨੀਸ਼ਾ ਆਰਿਵ ਭਬਰ ਜੀ ਐਂਡ ਸਾਗਰ ਜੀ ਵਿਸ਼ ਯੂ ਗੁੱਡ ਲੱਕ ਐਂਡ ਤੁਸੀਂ ਪੀਟੀਸੀ ਸੁਪਰਸਟਾਰ ਵਿੱਚ ਆਏ ਥੋੜਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤੋ ਏ ਸੀ ਸਾਡੀ ਖਾਸ ਮੁਲਾਕਾਤ ਹੀਰ ਤੇ ਹੀਰੋ ਦੀ ਸਟਾਰ ਕਾਸਟ ਦੇ ਨਾਲ ਸੋ ਅਗਲੇ ਐਪੀਸੋਡ ਵਿੱਚ ਫੇਰ ਮਿਲਾਵਾਂਗੇ ਤੁਹਾਨੂੰ ਹੋਰ ਸੁਪਰਸਟਾਰ ਦੇ ਨਾਲ ਤਦ ਤੱਕ ਤੁਸੀਂ ਦੇਖਦੇ ਰਹੋ ਪੀਟੀਸੀ ਪੰਜਾਬੀ ਸ਼ੁਸ਼ਟੀਕਾਲ